ਇਨਰਹੀਮ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਲਾਹ ਪਾਕ ਅਸਾ ਸਾਰਿਆਂ ਨੂੰ ਖੁਸ਼ ਰੱਖੇ ਹਸਦਾ ਵਸਦਾ ਰੱਖੇ ਤੇ ਮਾਸ਼ਾ ਅੱਲਾਹ ਜੀ ਅੱਜ ਦਾ ਵਲੌਗ ਵੀ ਬਹੁਤ ਹੀ ਜ਼ਬਰਦਸਤ ਤੇ ਬੜਾ ਸਪੈਸ਼ਲ ਹੈ ਕਿਉਂਕਿ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗੀ ਇੱਕ ਕਪਲ ਨਾਲ ਤੇ ਪਲੀਜ਼ ਇਸੇ ਤੋਂ ਤੁਸੀਂ ਜਿਹੜਾ ਇਹ ਨਾ ਵੀਡੀਓ ਪੂਰੀ ਦੇਖਣੀ ਹੈ ਸਕਿਪ ਨਹੀਂ ਕਰਨੀ ਤੇ ਪਹਿਲਾਂ ਆਪਾਂ ਥੋੜਾ ਜਿਹਾ ਮਸ਼ੀਨ ਦਾ ਕੰਮ ਜਿਹੜਾ ਨਾ ਇਹ ਕਰ ਲਈਏ ਫਿਰ ਇੰਤਜ਼ਾਰ ਥੋੜਾ ਜਿਹਾ ਕਰੋ ਫਿਰ ਇਨਸ਼ਾ ਅੱਲਾਹ ਤੁਹਾਡੀ ਮੁਲਾਕਾਤ ਕਰਵਾਨੀ ਆ ਤੇ ਆ ਨਾ ਇੱਕ ਕੈਪਰੀ ਸੀ ਮੇਰੀ ਬੜੀ ਪਿਆਰੀ ਬਣੀ ਸੀ ਤੇ ਉਹ ਪਿਛਲੇ ਸਾਲ ਬ ਤੰਗ ਸੀ ਫਿਟਿੰਗ ਵਾਲੀ ਸੀ ਮੈਂ ਕਿਹਾ ਥੋੜਾ ਜਿਆਨ ਖੁੱਲ੍ਹਾ ਕਰ ਲਵਾਂ ਡਿਜ਼ਾਈਨ ਇਹਦਾ ਬਹੁਤ ਹੀ ਅੱਛਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਤੇ ਬਸ ਛੋਟੇ-ਮੋਟੇ ਜਿਹੜੇ ਕੰਮ ਇਹਨਾਂ ਫਿਰ ਇਸ ਤਰ੍ਹਾਂ ਮੈਂ ਮਸ਼ੀਨ ਰੱਖ ਕੇ ਨਾ ਕਈ ਇਹਨਾਂ ਦੇ ਹੁਣ ਦਿਨ ਮੈਂ ਕਿਹਾ ਵਾਲੀਆਂ ਦੇ ਬੇਟੀਆਂ ਦੇ ਉਹਨਾਂ ਦੇ ਵੀ ਕਰਨੇ ਪੈਂਦੇ ਨੇ ਕੁਝ ਆਪਣੇਸਨ ਮੈਂ ਕਿਹਾ ਸਾਰਿਆਂ ਨੂੰ ਅੱਜ ਸਮੇਟ ਲੈਣੀਆਂ ਕਰ ਲੈਣੀਆਂ ਤੇ ਉਹ ਬੱਚੀਆਂ ਵੀ ਹੋਣ ਹੀ ਆਈਆਂ ਨੇ ਮਿਰਬਕੀਆਂ ਮਦਰਸਿਆ ਚੋਂ ਉਹ ਵੀ ਆਣ ਕੇ ਉੱਥੇ ਮੇਰੇ ਨਾਲ ਹੀ ਬੈਠ ਗਈਆਂ ਨੇ ਤੇ ਬਸ ਆਹ ਵੇਖੋ ਇਹਦਾ ਡਿਜ਼ਾਈਨ ਮੈਨੂੰ ਬਹੁਤ ਹੀ ਪਿਆਰਾ ਲੱਗਾ ਸਹਾਲਾਂਕ ਮੈਂ ਦੋ ਕੈਪਰੀਆਂ ਦਾ ਬਣਾਇਆ ਹੈ ਤੇ ਡਿਜ਼ਾਈਨ ਜਿਹੜਾ ਨੇ ਬੜਾ ਹੀ ਅੱਛਾ ਮੈਨੂੰ ਲੱਗਦਾ ਸੀ। ਤੋਂ ਫਿਰ ਮੈਨੂੰ ਨਾ ਜ਼ਿਆਦਾ ਫਿਟਿੰਗ ਵਾਲੇ ਹੁਣ ਅੱਛੇ ਨਹੀਂ ਲੱਗਦੇ। ਮੈਂ ਅੱਗੋਂ ਜਿਹੜੇ ਵੀ ਸਲਾਈ ਕੀਤੇ ਨੇ ਮੈਂ ਟ੍ਰੌਜ਼ਰ ਕੀਤੇ ਨੇ ਤੇ ਕੈਪਰੀ ਸੀ ਤੰਗ ਜੀ ਮੈਂ ਕਿਹਾ ਨੂੰ ਮੈਂ ਇਹਨਾਂ ਥੋੜਾ ਜਿਹਾ ਖੁੱਲੀਆਂ ਕਰ ਲੈਣੀਆਂ ਤੇ ਡਿਜ਼ਾਈਨ ਤੇ ਜਿਹੜਾ ਉਹ ਕਟਣ ਤੇ ਨਹੀਂ ਦਿਲ ਕੀਤਾ ਬੜਾ ਪਿਆਰਾ ਲੱਗਣ ਡਿਆ ਸੀ। ਤੇ ਫਿਰ ਉਸ ਤੋਂ ਬਾਅਦ ਬਸ ਇਹਨਾਂ ਕੰਮਾਂ 'ਚ ਲੱਗੇ ਰਹੇ ਤੇ ਇੱਕਦਮ ਜਦੋਂ ਬਾਅਦ ਦਾ ਮੌਸਮ ਵੇਖਿਆ ਤੇ ਇੰਨੀ ਹਨੇਰੀ ਆ ਗਈ ਇੰਨੀ ਇਹ ਤਾਂ ਪਤਾ ਅੱਜਕੱਲ ਹਰ ਜਗ੍ਹਾ ਤੇ ਬੜੇ ਤੂਫਾਨ ਆਉਣ ਡੇ ਨੇ ਬਸ ਇਧਰੋਂ ਸਫਾਈਆਂ ਕਰਕੇ ਹ ਤੇ ਇਹ ਦੋ ਫੇਰ ਜਿਹੜਾ ਇਹ ਮਿੱਟੀ ਮਿੱਟੀ ਘਰ ਹੋ ਜਾਂਦਾ ਹੈ ਬਸ ਸਾਰਾ ਦਿਨ ਜਿਹੜਾ ਨਾ ਡੇਲੀ ਹੁਣ ਤੇ ਸਫਾਈ ਕਰਨੀ ਪੈਂਦੀ ਹੈ ਤੇ ਮੈਨੂੰ ਨਾ ਬੜੀ ਉਹ ਮਿੱਟੀ ਮਿੱਟੀ ਮਹਿਸੂਸ ਹੁੰਦੀ ਸੀ ਮੈਂ ਤਾਂ ਜਾ ਕੇ ਨਾ ਛਾਦੇ ਵੇਖ ਕੇ ਹੁਣ ਨਹੀਂ ਆ ਕਿ ਕਿੰਨਾ ਕੋਥੇ ਨਾ ਗੰਦ ਪਿਆ ਹੈ ਉਹ ਫਿਰ ਮੈਂ ਜਦੋਂ ਛਾਤੋਂ ਥੱਲੇ ਆਈਆਂ ਤੇ ਇੱਥੇ ਆਣ ਕੇ ਮੈਂ ਸਫਾਈ ਕਰਨ ਲੱਗੀਆਂ ਤਾਂ ਮਿਸ਼ਲ ਆਖਣ ਲੱਗੀ ਕਿ ਮਾਮਾ ਮੈਨੂੰ ਦੇ ਦੇ ਬਸ ਬੱਚੇ ਜਿਹੜਾ ਵੀ ਕੰਮ ਕਰਨ ਲੱਗਾ ਨਾ ਤੇ ਨਾਲ ਜਿਹਦੇ ਇਹਨਾਂ ਨੇ ਲਾਜ਼ਮੀ ਕਰਨੀ ਹੁੰਦੀ ਹੈ ਤੇ ਉਹ ਝਾੜੂ ਲੈ ਕੇ ਨਾ ਨਾਲ ਮੇਰੇ ਫੇਰਨ ਲਾ ਪਈਏ ਸਾਰੀ ਮਿੱਟੀ ਮੋਟਾ ਮੋਟਾ ਕਚਰਾ ਜਿਹੜਾ ਮੈਂ ਕਿਹਾ ਚੱਲ ਪਹਿਲਾਂ ਤੂੰ ਕਰ ਲੈ ਤੇ ਉਸ ਤੋਂ ਬਾਅਦ ਜਿਹੜਾ ਨਾ ਫਿਰ ਮੈਂ ਕਰਨੀ ਆ ਕਿਉਂਕਿ ਮੁਰਦੀ ਨਹੀਂ ਸੀ ਪਈ ਬੜੀ ਜ਼ਿੱਦ ਕਰਦੀ ਸੀ ਤੇ ਉਹ ਫਿਰ ਉਹਨੇ ਮੇਰਾ ਛਾੜੂ ਹੀ ਨਹੀਂ ਛੱਡਿਆ ਬਸ ਬੱਚਿਆਂ ਨੇ ਜਿਹੜਾ ਵੀ ਕੰਮ ਕਰਨ ਲੱਗੋ ਨਾ ਉਹਦੇ ਚ ਇਹਨਾਂ ਨੇ ਲਾਜ਼ਮੀ ਹਿੱਸਾ ਲੈਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਜੀ ਆ ਵੇਖੋ ਇਹ ਨੇ ਸਾਡੇ ਉਹ ਕਪਲ ਇਹ ਹੁਣ ਜਿਹੜਾ ਨਾ ਮਜਨੂ ਤੇ ਬੈਠਾ ਹੈ ਤੇ ਲੈਲਾ ਦਾ ਇੰਤਜ਼ਾਰ ਕਰਨ ਡਿਆ ਹੈ ਇਹ ਸਾਡੀ ਜੋੜੀ ਜਿਹੜੀ ਨੇ ਸਪੈਸ਼ਲ ਕਈ ਦਿਨਾਂ ਤੋਂ ਸਾਡੇ ਘਰ ਚ ਆਈ ਹੈ ਇਹਨਾਂ ਨੇ ਪਨਾਹ ਲਈ ਹੈ ਤੇ ਇਹਨਾਂ ਨੂੰ ਅਸੀਂ ਪਨਾਹ ਤੇ ਦੇਤੀ ਪਰ ਇਹਨਾਂ ਨੇ ਨਾਲ ਨਾਲ ਸਾਡਾ ਨੁਕਸਾਨ ਵੀ ਬੜਾ ਕਰਨ ਡਏ ਨੇ ਉਹ ਵੀ ਮੈਂ ਤੁਹਾਨੂੰ ਦਿਖ ਐ ਹੁਣ ਆ ਗਈ ਲੈਲਾ ਵੀ ਆ ਗਈ ਹੈ ਮੇਰ ਕੋ ਸਾਡਾ ਖੂਬਸੂਰਤ ਕਪਲ ਦਾ ਜੋੜਾ ਮਾਸ਼ਾਅੱਲਾ ਕਿੰਨਾ ਪਿਆਰਾ ਲੱਗਣ ਡਿਆ ਹੈ ਤੇ ਇਹਨਾਂ ਨੂੰ ਨਾ ਸਾਨੂੰ ਘਰ ਵਿੱਚ ਕੱਢਣ ਤੇ ਦਿਲ ਵੀ ਨਹੀਂ ਕਰਦਾ ਵੀ ਗਰਮੀਆਂ ਨੇ ਆਪਣੇ ਇਹਨਾਂ ਨੇ ਬੱਚੇ ਜੜੇ ਆ ਨਾ ਉਹ ਇਹਨਾਂ ਨੇ ਐਸ ਰਾਖ ਦੇ ਵਿੱਚ ਨਾ ਇੱਥੇ ਗੌਸਲਾ ਬਣਾਇਆ ਹੈ ਇੱਥੇ ਰਹਿੰਦੇ ਨੇ ਤੇ ਬੱਚਿਆਂ ਦਾ ਵੀ ਸਾਰਾ ਦਿਨ ਬੜਾ ਹੀ ਸ਼ੋਰ ਸ਼ਰਾਬਾ ਹੁੰਦਾ ਹੈ ਤੇ ਬੜਾ ਆਈ ਚੀਖਦੇ ਨੇ ਐ ਥੱਲੇ ਵੇਖੋ ਇਹਨਾਂ ਨੇ ਗੰਦ ਪਾਇਆ ਸਾਡੇ ਘਰ ਵਿੱਚ ਕਿੰਨਾ ਨੁਕਸਾਨ ਕਰਦੇ ਨੇ ਇੰਨਾ ਕਰਦੇ ਆ ਨਾ ਨਾ ਤੇ ਸਾਨੂੰ ਸਾਰਾ ਦਿਨ ਆਰਾਮ ਕਰਨ ਦਿੰਦੇ ਨੇ ਇੰਨਾ ਚੀਖਾਂ ਮਾਰਦੇ ਨੇ ਇੰਨਾ ਬੋਲਦੇ ਆ ਨਾ ਤੇ ਉਹ ਫਿਰ ਇਹਨਾਂ ਦੀਆਂ ਮੈਨੂੰ ਨਾ ਡੇਲੀ ਇੱਥੇ ਇੰਨੀ ਸਫਾਈ ਕਰਨੀ ਪੈਂਦੀ ਅੱਜ ਫਿਰ ਮੈਂ ਸੋਚਿਆ ਮੈਂ ਕਿ ਇਹਨਾਂ ਦੀ ਓਪੋਟੀ ਜਿਹੜੀ ਹੈ ਨਾ ਸਾਰੀ ਇੱਥੋਂ ਕਢਾਲ ਕੇ ਸਾਫ਼ ਕਰਕੇ ਨਾ ਤੇ ਇਹਨਾਂ ਦੇ ਅੱਛੇ ਕੋਈ ਚੀਜ਼ ਮੈਂ ਜਿਹੜੀ ਹੈ ਨਾ ਸਪੈਸ਼ਲ ਰੱਖ ਦੇਣੀ ਆ ਵੀ ਚਲੋ ਜਿਹੜਾ ਕਚਰਾ ਤੂੰ ਆਇਆ ਗੰਦ ਆਇਆ ਨਾ ਚੁੱਕੇ ਉਸੇ ਤਰ੍ਹਾਂ ਬਾਹਰ ਫੈਂਕ ਦਿੱਤਾ ਲੇਕਿਨ ਨਾ ਕਈ ਦਫਾ ਮੈਨੂੰ ਬੜਾ ਗੁੱਸਾ ਵੀ ਆਉਂਦਾ ਹੈ ਕਿ ਇਹਨਾਂ ਦਾ ਸਰਾਖ ਜਿਹੜਾ ਨਾ ਮੈਂ ਹਮੇਸ਼ਾ ਹਮੇਸ਼ਾ ਵਾਸਤੇ ਬੰਦ ਕਰ ਦਵਾਂ ਲੇਕਿਨ ਫਿਰ ਤਰਸ ਆ ਜਾਂਦਾ ਮੈਂ ਕਿ ਚਲੋ ਕੋਈ ਗੱਲ ਨਹੀਂ ਹੁਣ ਆਪਣੇ ਬੱਚੇ ਪਾਲਣ ਡਏ ਹਾਂ ਹੈ ਅਭੀ ਥੋੜਾ ਥੋੜਾ ਕੱਲ ਤਾਂ ਇਹਨੂੰ ਬਹੁਤ ਬੁਖਾਰ ਸੀ ਨਾਲ ਪਤਾ ਨਹੀਂ ਇਹਦੇ ਨਾਲ ਹੱਥਾਂ ਤੇ ਅਲਰਜੀ ਬਣੀ ਸਾਧ ਦੀ ਕੋਬਨੇ ਇਹ ਦੇਖੋ ਛੋਟੇ ਛੋਟੇ ਦਾਣੇ ਨਾ ਪਤਾ ਨਹੀਂ ਇਹ ਪਹਿਲਾਂ ਜਫਾ ਨੂੰ ਸੀ ਫਿਰ ਇਹਨੂੰ ਨਿਕਲ ਆਏ ਨੇ ਇਹ ਕੀ ਮਸਲਾ ਬਣਦਾ ਗਰਮੀ ਦੇ ਵਿੱਚ ਤੇ ਹੁਣ ਬਸ ਥੋੜੀ ਜਿਹੀ ਤਬੀਅ ਠੀਕ ਹੋਈ ਏ ਤੇ ਸਾਰੇ ਖਿਡੌਣੇ ਲੈ ਕੇ ਬੈਠੀ ਏ ਖੇਲਣ ਵਾਸਤੇ ਬਾਕੀ ਸਾਰੇ ਬੱਚੇ ਗਏ ਆ ਨਾ ਸਕੂਲ ਤੇ ਇਕੱਲੀ ਰਹਿ ਜਾਂਦੀ ਏ ਫਿਰ ਬੋਰ ਹੁੰਦੀ ਰਹਿੰਦੀ ਏ तो दिल नहीं लगता फिर जो आते फिर उन्होंने बड़ा माशाला खुश तो फिर आंती मैं मामा इतने खिलौने दे दो मैं खेलने ने मिशा क्या बना रही हो? तो मुझे कोई तो चीज दे, दे दो इसमें डालने के लिए है ना अच्छा मैं देती हूँ देती हूँ वह कितने प्यारे खिलौने ने कितने प्यारे ने चलो खाना बनाओ फिर मामा को बना के देना अच्छा ठीक है ना खाना बना के देना मामा को अभी भी खारिश कर रही है खारिश बहुत हो रही है कल के है ना ਹਾਂ ਮੈਂ ਦੇਤੀ ਹਾਂ ਮੈਂ ਦੇਤੀ ਹਾਂ ਹਾਂਜੀ ਤੇ ਫਿਰ ਉਸ ਤੋਂ ਬਾਅਦ ਜੀ ਹੁਣ ਆ ਗਏ ਆ ਕਿਚਨ ਚ ਅੱਜ ਬਣਾ ਲੰਗੇ ਆ ਕਰੇਲੇ ਬਸ ਕਰੇਲੇ ਬਣਾਉਣ ਤੇ ਦਿਲ ਤੇ ਬਹੁਤ ਕਰਨ ਡਿਆ ਸੀ ਕਿ ਭਰ ਕੇ ਕਰੇਲੇ ਬਣਾਵਾਂ ਲੇਕਿਨ ਫਿਰ ਕੱਟ ਕੇ ਬਣਾ ਲੈਨੇ ਇਹ ਕੱਟ ਕੇ ਕਰੇਲੇ ਜਿਹੜੇ ਬਣਾਨੀਆਂ ਨੇ ਬੱਚੇ ਨਹੀਂ ਨਾ ਐਡੇ ਸ਼ੌਕ ਨਾ ਖਾਂਦੇ ਤੇ ਫਿਰ ਮੈਂ ਕਿਹਾ ਹੁਣ ਉਹਨਾਂ ਤੇ ਟਾਈਮ ਲੱਗਣਾ ਹੈ ਤੇ ਗੈਸ ਦਾ ਫਿਰ ਪਤਾ ਮਸਲਾ ਜਿਹੜਾ ਬੜੇ ਹੀ ਰਹਿੰਦਾ ਹੈ ਤੇ ਬਸ ਮੈਂ ਕਿਹਾ ਇਹਨਾਂ ਨੂੰ ਜਲਦੀ ਜਲਦੀ ਫਰਾਈ ਕੀਤਾ ਫਿਰ ਵਿੱਚ ਪਿਆਜ਼ ਟਮਾਟਰ ਸਬਜ਼ ਮਿਰਚਾਂ ਨਮਕ ਹਲਦੀ ਸਾਰੇ ਮਸਾਲੇ ਪਾ ਕੇ ਤੇ ਮੈਂ ਕਿਹਾ ਤੇ ਫਿਰ ਵੀ ਚਲੋ ਮੱਠੀ ਮੱਠੀ ਆਗ ਤੇ ਹੋ ਜਾਣੇ ਨੇ ਤੇ ਉਹਨਾਂ ਤੇ ਫਿਰ ਟਾਈਮ ਜਟਾ ਨਾਲ ਕੁਝ ਜ਼ਿਆਦਾ ਹੀ ਲੱਗਦਾ ਹੈ ਤੇ ਮੌਸਮ ਇੰਨਾ ਖਰਾਬ ਰਹਿੰਦਾ ਨਾ ਹਾਲਾਂਕਿ ਚਾਰੋਂ ਤਰਫ ਬੜੀਆਂ بارشਾਂ ਹੋਈਆਂ ਨੇ ਸਾਡੇ بارش ਨਹੀਂ ਹੁੰਦੀ ਸਾਡੇ ਪਤਾ ਨਹੀਂ ਕੀ ਮਸਲਾ ਹੈ ਇਸ ਸ਼ਹਿਰ ਚ ਨਾ بارش ਬਹੁਤ ਹੀ ਥੋੜੀ ਹੁੰਦੀ ਹੈ ਜਦੋਂ ਚਾਰੋਂ ਤਰਫ ਬੜੇ ਸਲਾਬ ਹੁੰਦੇ ਆ ਨਾ ਉਸ ਟਾਈਮ ਤੇ ਜਾ ਕੇ ਫਿਰ ਕਿਤੇ ਥੋੜੀ ਜਿਹੀ بارش ਹੁੰਦੀ ਹੈ ਹਾਲਾਂਕਿ ਜਿਹੜਾ ਨਾ ਸਵੇਰ ਇੰਨੇ ਬੱਦਲ ਹੋਏ ਸਨ ਬਹੁਤ ਜ਼ਿਆਦਾ ਐਂਜਲਾ ਦਸੀ ਜਿਵੇਂ ਹੁਣ ਇਹ ਨਾ ਬੜੀ ਬਾਰਿਸ਼ ਹੋਣੀ ਹੈ ਲੇਕਿਨ ਫਿਰ ਜਿਹੜਾ ਨਾ ਥੋੜੀ ਦੇਰ ਬਾਅਦ ਜਿਹੜਾ ਨਾ ਬੜੀ ਕੜਾਕੇ ਦੀ ਧੁੱਪ ਨਿਕਲਾਈ ਤੇ ਸਾਰਾ ਹੀ ਬੱਦਲ ਸ਼ਦਲ ਜਿਹੜਾ ਇਹ ਨਾ ਧੋੜ ਗਿਆ ਜਿੱਥੋਂ ਆਇਆ ਸੀ ਉਧਰ ਚਲਾ ਗਿਆ ਤੇ ਬਸ ਚਲੋ ਅੱਲਾ ਖੈਰ ਕਰੇ ਕਦੀ ਤੇ ਅੱਲਾ ਆਪਣੀ ਰਹਿਮਤ ਦੀ ਬਾਰਿਸ਼ ਦੇਏਗਾ ਨਾ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅੱਲਾ ਹਾਫਿਜ਼